ਲੁਧਿਆਣਾ ਦੇ BRS ਨਗਰ ਗੁਰਦੁਆਰਾ ਈ ਬਲਾਕ ਦੇ ਵਿੱਚ ਤੇ ਪੰਜਾਬ ਡਰਾਈ ਕਲੀਨਰਸ ਐਂਡ ਡਾਇਰਸ ਐਸੋਸੀਏਸ਼ਨ ਦੇ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵ ਸਹਿਮਤੀ ਦੇ ਨਾਲ ਗੁਲਬਹਾਰ ਸਿੰਘ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਨਿਯੁਕਤ ਪ੍ਰਧਾਨ ਨੇ ਦੱਸਿਆ ਕਿ ਲਗਭਗ ਪਿਛਲੇ 50 ਸਾਲਾਂ ਤੋਂ ਇਹ ਐਸੋਸੀਏਸ਼ਨ ਚੱਲ ਰਹੀ ਹੈ ਤੇ ਬੀਤੇ ਕੁਝ ਦਿਨ ਪਹਿਲਾਂ ਮੌਜੂਦਾ ਪੰਜਾਬ ਪ੍ਰਧਾਨ ਦਾ ਦੇਹਾਂਤ ਹੋਣ ਕਾਰਨ ਜੋ ਸਮੁੱਚੀ ਐਸੋਸੀਏਸ਼ਨ ਦੀ ਟੀਮ ਨੇ ਉਹਨਾਂ ਉੱਪਰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਭ ਤੋਂ ਪਹਿਲਾਂ ਤਾਂ ਸਰ ਸੰਤੋਖ ਸਿੰਘ ਆਹਲੂਵਾਲੀਆ ਜੀ ਦੀ ਅਚਾਨਕ ਦੁਖਦਾਈ ਮੌਤ 'ਤੇ ਅਸੀਂ ਸ਼ੋਕ ਪ੍ਰਗਟ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਅੱਗੇ ਮੈਂ ਬੜਾ ਧੰਨਵਾਦ ਹਾਂ ਪੰਜਾਬ ਡਰਾਈਵਿੰਗ ਐਸੋਸੀਏਸ਼ਨ ਦਾ, ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਅਤੇ ਪੰਜਾਬ ਦੀ ਪ੍ਰਧਾਨਗੀ ਦਿੱਤੀ ਹੈ, ਅਤੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਪ੍ਰੋਪਰ ਵੇ ਨਾਲ ਸਾਰਾ ਕੰਮ ਕਰਾਂਗੇ। ਸਭ ਨੂੰ ਨਾਲ ਲੈ ਕੇ ਮੁੱਦੇ ਜਿਹੜੇ ਸਰਦਾਰ ਜੀ ਦੇ ਚੱਲ ਰਹੇ ਹੈ, ਸਰਦਾਰ ਜੀ ਪੂਰੇ ਦੇ ਜਿਹੜੇ ਮੁੱਦੇ ਚੱਲ ਰਹੇ ਹੈ ਉਹਨਾਂ ਨੂੰ ਅੱਗੇ ਵਧਾਵਾਂਗੇ। ਕਿੰਨੇ ਸਾਲ ਤੋਂ ਚੱਲ ਰਹੀ ਹੈ ਐਸੋਸੀਏਸ਼ਨ? ਸਾਡੇ ਐਸੋਸੀਏਸ਼ਨ ਕਰੀਬ 50 ਸਾਲ ਤੋਂ ਚੱਲਦੀ ਹੈ। ਪੂਰੇ ਪੰਜਾਬ ਦੇ ਜੀ, ਹਿਮਾਚਲ ਤੋਂ, ਹਰਿਆਣਾ ਤੋਂ, ਮੋਹਾਲੀ, ਚੰਡੀਗੜ੍ਹ ਤੋਂ, ਪਟਿਆਲੇ ਤੋਂ, ਨਾਭੇ ਤੋਂ, ਸੰਗਰੂਰ ਤੋਂ, ਲੁਧਿਆਣਾ ਤਾਂ ਹੈ ਹੀ ਹੈ। ਮਹਿੰਦਰਪਾਲ ਸਿੰਘ ਜੀ, ਮੈਂ ਲੁਧਿਆਣਾ ਡਰਾਈਕਲਿੰਗ ਐਸੋਸੀਏਸ਼ਨ ਦਾ ਪ੍ਰਧਾਨ, ਸੇਵਾਦਾਰ, ਜੋ ਵੀ ਤੁਸੀਂ ਕਹੋ ਹੈ। ਇਹਨਾਂ ਨੇ ਮੇਰੇ ਮੋਢਿਆਂ 'ਤੇ ਜ਼ਿੰਮੇਵਾਰੀ ਪਾਈ ਹੈ। ਸਾਡੇ ਪਿਤਾ ਜੀ ਸਾਹ ਸੰਤੋਖ ਸਿੰਘ ਜੀ ਵਾਲੀ ਹੈ ਔਰ ਸਾਰੇ ਗਰੁੱਪ ਜੋ ਹੁਣ ਸਾਡਾ ਪ੍ਰੈਜੈਂਟ ਹੈ, ਸਾਰਿਆਂ ਦੇ ਪਿਤਾ ਜੀ ਇਸ ਗਰੁੱਪ ਦੇ ਵਿੱਚ ਸੀਨੀਅਰ ਸੀਗੇ ਔਰ ਉਹਨਾਂ ਦੇ ਬੱਚੇ ਹੀ ਹੁਣ ਅਗਲੀ ਵਾਗਡੋਰ ਸੰਭਾਲਦੇ ਹੈ। ਔਰ ਜੋ ਸਰ ਸੰਤੋਖ ਜੀ ਦਾ ਇੱਕ ਹੀ ਕਹਿਣਾ ਸੀ, ਜਮਾਤ ਕਰਾਂ ਮਾਤ। ਉਹਨਾਂ ਨੇ ਆਪਣੇ ਆਪ 'ਤੇ ਕਦੇ ਮਾਣ ਨਹੀਂ ਲਿਆ, ਉਹ ਹਰ ਇੱਕ ਮੈਂਬਰ ਨੂੰ ਹੀ ਮਾਣ ਦਿੰਦੇ ਸੀ ਔਰ ਇਹ ਹੀ ਕਹਿੰਦਾ ਸੀ ਜਮਾਤ ਕਰਾਂ ਮਾਤ, ਕਾਰ ਤੁਸੀਂ ਰਹੇ ਹੋ ਨਾ ਮੇਰਾ ਹੋ ਰਿਹਾ। ਮਗਰ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਸਹਿਣਸ਼ੀਲਤਾ ਨਾਲ ਸਭ ਨੂੰ ਆਪਣਾ ਜੋੜ ਕੇ ਰੱਖਿਆ। ਕਿੰਨੇ ਸਾਲ ਪੁਰਾਣੀ ਤੁਹਾਡੀ? 50 ਸਾਲ ਤੋਂ ਉੱਪਰ ਹੋ ਚੁੱਕੇ ਹੈ ਇਸ ਐਸੋਸੀਏਸ਼ਨ ਨੂੰ ਔਰ ਉਹਨਾਂ ਨੇ 44 ਸਾਲ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਸਾਨੂੰ ਇਹਨਾਂ ਦੇ ਉੱਤੇ ਪੂਰਨ ਵਿਸ਼ਵਾਸ ਹੈ, ਅੱਗੇ ਵੀ ਬਹੁਤ ਜ਼ਿੰਮੇਵਾਰੀਆਂ ਨਿਭਾ ਰਿਹਾ ਔਰ ਸਾਨੂੰ ਪੂਰਨ ਵਿਸ਼ਵਾਸ ਹੈ ਜੋ ਹੁਣ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਹੈ ਇਸ ਨੂੰ ਬਹੁਤ ਤਨਦੇਹੀ ਨਾਲ ਨਿਭਾਉਣਗੇ। ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ।